ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਵਾਹਿਗੁਰੂ। ਗੁਰਮੁਖ ਪਿਆਰਿਓ, ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਉਮੀਦ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਆਪ ਵਾਹਿਗੁਰੂ। ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਹਾਂਜੀ ਹਾਂਜੀ ਵਾਹਿਗੁਰੂ ਜੀ, ਆਪ ਜੀ ਕੀ ਹਾਂਜੀ ਸਵਾਲ ਪੁੱਛ ਰਹੇ ਸੀ? ਵਾਹਿਗੁਰੂ ਜੀ, ਮੈਂ ਇਹ ਪੁੱਛਣਾ ਚਾਹ ਰਹੀ ਸੀ। ਵੈਸੇ ਤਾਂ ਵਾਹਿਗੁਰੂ ਜੀ, ਬਹੁਤ ਗੁਰਮੁਖੋਂ ਦਾ ਇਹ ਸਵਾਲ ਹੈ, ਕੱਚੀ ਬਾਣੀ ਅਤੇ ਸੱਚੀ ਬਾਣੀ ਕੀ ਹੈ, ਕੀ ਫਰਕ ਹੈ ਵਾਹਿਗੁਰੂ ਜੀ, ਆਪਾਂ ਕਿਵੇਂ ਜਾਣ ਸਕਦੇ ਹਾਂ? ਸਤਿਬਚਨ, ਅਤੇ ਵਾਹਿਗੁਰੂ ਜੀ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਾਨੂੰ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਸਾਨੂੰ ਦੱਸਿਆ ਹੈ ਕੱਚੀ ਜੀ ਬਾਣੀ ਅਤੇ ਸੱਚੀ ਬਾਣੀ, ਹੈ ਨਾ, ਦੇ ਵਿੱਚ ਕੀ ਅੰਤਰ ਕੀ ਹੈ ਅੰਤਰ ਹੈ ਨਾ ਜੀ? ਵਾਹਿਗੁਰੂ ਜੀ? ਅਤੇ ਤੁਸੀਂ ਇਸ ਨੂੰ ਪਲੀਜ਼ ਵਾਹਿਗੁਰੂ ਜੀ ਵਿਸਥਾਰ ਨਾਲ ਸਾਨੂੰ ਦੱਸੋ ਵਾਹਿਗੁਰੂ ਜੀ। ਸਤਿਬਚਨ ਵਾਹਿਗੁਰੂ ਵਾਹਿਗੁਰੂ। ਜੀ। ਵਾਹਿਗੁਰੂ ਜੀ, ਇਸ ਅਸਲ 'ਚ ਗੱਲ ਕੀ ਹੈ ਕਿ ਜਿਵੇਂ ਹੀ ਅਸੀਂ ਆਕਾਰ ਅਸਥੂਲ ਵਿੱਚ ਆਉਂਦੇ ਹਾਂ, ਵਾਹਿਗੁਰੂ। ਪਰਿਵਾਰ ਵਿੱਚ ਜਨਮ ਲੈਂਦੇ ਹਾਂ, ਤਾਂ ਜਨਮ ਦੇ ਸਮੇਂ ਹੀ ਸਾਡੀ ਸੱਚੇ ਸ਼ਬਦ ਨਾਲ ਨਾ ਜਿਹੜੀ ਲਿਵ ਹੈ ਉਹ ਟੁੱਟ ਟੁੱਟ ਜਾਂਦੀ ਜਾਣ, ਹੈ। ਹਾਂਜੀ, ਸਤਿਵਚਨ। ਜਦੋਂ ਲਿਵ ਟੁੱਟ ਜਾਂਦੀ ਹੈ ਤਾਂ ਅਸੀਂ ਕਿੱਥੇ ਜੁੜ ਗਏ? ਅਸੀਂ ਕਾਲ ਦੀ ਖੇਡ ਵਿੱਚ ਸਾਡੀ ਲਿਵ ਜੁੜ ਗਈ, ਮਹਾਰਾਜ ਨਾਲ ਟੁੱਟ ਗਈ। ਸਤਿਵਚਨ। ਔਰ ਵਾਹਿਗੁਰੂ ਜੀ, ਮਤਲਬ ਪੈਦਾ ਹੋਣ ਤੋਂ ਪਹਿਲੇ ਜਦੋਂ ਆਪਾਂ ਮਾਤ ਗਰਭ ਵਿੱਚ ਹੁੰਦੇ ਹਾਂ, ਤਦ ਜੀ, ਸਾਡੀ ਲਿਵ ਜੁੜੀ ਹੁੰਦੀ ਹੈ, ਉਦੋਂ ਸਾਡੀ ਲਿਵ ਮਹਾਰਾਜ ਨਾਲ ਜੁੜੀ ਔਰ ਹੁੰਦੀ ਹੈ, ਜਦੋਂ ਬਸ ਤੇ ਜਾਂ ਨੌ ਦਰ ਉਦੋਂ ਸਾਡੇ ਬੰਦ ਬੰਦ ਹੁੰਦੇ। ਹੁੰਦੇ ਆ, ਅੱਖਾਂ, ਹਾਂਜੀ ਕੰਨ, ਨੱਕ, ਵਾਹਿਗੁਰੂ। ਮੂੰਹ, ਮਲ ਮੂਤਰ, ਇੰਦਰੀ, ਜਿਹਨੂੰ ਸਤਿਵਚਨ। ਮਹਾਰਾਜ ਨੇ ਹੈ ਨਾ ਨੌ ਦਰ ਦੱਸਿਆ, ਇਹ ਬੰਦ ਹੁੰਦੇ ਆ ਤੇ ਇਹ ਲਿਵ ਤਾਂ ਜੁੜੀ ਸਵਾ ਹੁੰਦੀ ਦਸਮ ਦੁਆਰ 'ਚ ਮਹਾਰਾਜ ਨਾਲ, ਸਤਿਵਚਨ, ਮਾਤਾ ਦੇ ਗਰਭ ਵਿੱਚ। ਸਤਿਵਚਨ। ਜਿੱਦਾਂ ਹੀ ਅਸੀਂ ਗਰਭ 'ਚੋਂ ਬਾਹਰ ਇਸ ਦੁਨੀਆ 'ਚ ਵਾਹਿਗੁਰੂ ਜੀ ਪ੍ਰਵੇਸ਼ ਕਰਦੇ ਹਾਂ, ਤਾਂ ਉਹ ਨੌ ਦਰ ਖੁੱਲ੍ਹ ਗਏ ਜਿਹੜੇ ਬੰਦ ਸੀ, ਤੇ ਦਸਮ ਤੋਂ ਦਸਵਾਂ, ਲਿਵ ਟੁੱਟ ਗਈ। ਸਤਿਵਚਨ, ਹੁਣ ਸਤਿ, ਜਿਵੇਂ ਹੀ ਸੱਚੇ ਸ਼ਬਦ ਪਰਮਾਤਮਾ ਨਾਲ ਲਿਵ ਟੁੱਟੀ ਸਤਿਵਚਨ, ਤੇ ਸਾਨੂੰ ਨਾ ਪਰਿਵਾਰਕ ਸੰਗਤ ਮਿਲ ਗਈ, ਪਰਿਵਾਰ ਵਿੱਚ ਅਸੀਂ ਵਿਚਰਨ ਲੱਗ ਗਏ, ਵਾਹਿਗੁਰੂ। ਉਸ ਦੇ ਮੁਤਾਬਿਕ ਹੀ ਅਸੀਂ ਸੰਸਾਰਿਕ ਭਾਸ਼ਾ ਸਿੱਖਦੇ ਹਾਂ ਮਾਂ ਪਿਓ ਤੋਂ, ਪੰਜਾਬੀ, ਹਿੰਦੀ, ਇੰਗਲਿਸ਼, ਸਤਿਵਚਨ, ਜਿੱਥੇ ਸਾਰੀ ਕੋਈ ਜਿਤਨੀ ਵੀ ਭਾਸ਼ਾ ਜਨਮ ਹੈ ਲੈਂਦਾ, ਸਤਿਵਚਨ। ਜਿਹੜਾ ਬਾਹਰ ਜਨਮ ਲਏਗਾ ਅੰਗਰੇਜ਼ੀ ਬੋਲੂਗਾ, ਚਾਈਨਾ 'ਚ ਜਨਮ ਲਊਗਾ ਚੀਨੀ ਭਾਸ਼ਾ ਬੋਲੂਗਾ, ਸਤਿਵਚਨ। ਚਾਈਨੀਜ਼, ਜਿਵੇਂ ਵਾਹਿਗੁਰੂ ਜੀ, ਇਸ ਕੁੱਕਰ ਨੇ ਜਨਮ ਲਿੱਤਾ ਸੀ, ਜਿੱਥੇ ਜਨਮ ਲਿੱਤਾ ਸੀ ਜੀ ਉਹ ਹਿੰਦੀ ਹਿੰਦੀ, ਸੰਸਕ੍ਰਿਤ ਬੋਲਦੇ ਜੀ ਸੀ ਬਿਲਕੁਲ। ਵਾਹਿਗੁਰੂ। ਹੁਣ ਉਹ ਹੋਇਆ ਕਿ ਉਹ ਬੱਚਾ ਉਹੀ ਭਾਸ਼ਾ ਸਿੱਖ ਗਿਆ। ਇਨਸਾਨ ਨੇ ਆਪਣੇ ਸੰਸਾਰਿਕ ਕਾਰੋਬਾਰ ਚਲਾਉਣ ਲਈ, ਆਪਣੀ ਸਹੂਲਤ ਵਾਸਤੇ ਉਹ ਭਾਸ਼ਾ ਦਾ, ਜਿਵੇਂ ਕਹਿ ਲਓ ਉਹਨੂੰ, ਵਰੀ ਮੇਰਾ ਕਾਰੋਬਾਰ ਚੱਲ ਪਵੇ, ਵਾਹਿਗੁਰੂ। ਮੈਂ ਲੋਕਾਂ ਨਾਲ ਆਪਣੀਆਂ ਗੱਲਾਂ ਰੱਖ ਸਕਾਂ, ਮੈਂ ਆਪਣੀ ਸਰੀਰਿਕ ਸਹੂਲਤ ਜਾਂ ਜ਼ਿੰਦਗੀ ਦੀ ਜਿਹੜੀ ਸਹੂਲਤਾਂ ਨੇ ਪਾਉਣ ਲਈ ਇੱਕ ਦੂਜੇ ਵਾਹਿਗੁਰੂ, ਕੋਲ ਜਾ ਕੇ ਗੱਲ ਤਾਂ ਕਰਨੀ ਪਊਗੀ। ਹੁਣ ਸਤਿਵਚਨ। ਉਹਨੂੰ ਉਹ ਸਮਝ ਆਉਂਦੀ ਜਿਹੜੀ ਉਹਦੇ ਘਰਦਿਆਂ ਨੇ ਵੀ ਉਹੀ ਸਮਝਾਈ ਹੈ, ਸੰਸਾਰ 'ਚ ਚੱਲ ਹੀ ਉਹੀ ਰਹੀ ਹੈ। ਸਤਿਵਚਨ। ਜੇ ਕਿਸੇ ਨੂੰ ਪਤਾ ਹੈ ਵੀ ਮੈਂ ਹੁਣ ਫੋਰਨ ਚੱਲਾਂ, ਤਾਂ ਉਹ ਅੱਜ ਕੱਲ੍ਹ ਕੀ ਹੁੰਦਾ, ਆਈਲਸ ਕਰਕੇ ਜਾਂਦੇ ਆ, ਉੱਧਰ ਸਤਿਵਚਨ, ਵਪਾਰ ਕਰਨਾ ਹੈ ਤਾਂ ਹਾਂ ਅੰਗਰੇਜ਼ੀ ਸਿੱਖਣੀ ਅੰਗਰੇਜ਼ੀ, ਪਏਗੀ। ਸਤਿਵਚਨ। ਇੱਦਾਂ ਕਰਕੇ ਉਹ ਭਾਸ਼ਾਵਾਂ ਨੂੰ ਆਪਾਂ ਵਰਤ ਰਹੇ ਹਾਂ। ਸਤਿਵਚਨ। ਵਾਹਿਗੁਰੂ ਜੀ, ਜਿਵੇਂ ਕਿ ਦੇਖੋ ਸਾਡੇ ਗੁਰੂ ਸਾਹਿਬ ਜੀ ਨੇ ਇਸ ਚੀਜ਼ ਕਾ, ਦੇਖੋ ਇਸ ਚੀਜ਼ ਕੋ ਵੀ ਖੰਡਨ ਕਰਤਾ, ਇਸ ਜੀ ਚੀਜ਼ ਕਾ ਭ੍ਰਮ ਨਿਕਾਲਤਾ ਕਿ ਜੀ ਸਾਡੇ ਗੁਰੂ ਸਾਹਿਬ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਜੀ, ਆਏ ਤੇ ਉਹ ਸਾਰੀ ਭਾਸ਼ਾ ਜਾਣਦੇ ਸੀ, ਸਾਰੀਆਂ ਜਾਣਦੇ ਸਾਡੇ ਸੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੀ ਸਾਰੀ ਭਾਸ਼ਾ ਜਾਣਦੇ, ਉਹਨਾਂ ਨੇ ਕਦੀ ਭੇਦਭਾਵ ਨਹੀਂ ਕੀਤਾ ਭਾਸ਼ਾ ਨੂੰ ਲੈ ਕੇ, ਕਿਉਂਕਿ ਬਿਲਕੁਲ ਉਹ ਕਹਿੰਦੇ ਨੇ ਕਿ ਹਰ ਭਾਸ਼ਾ ਉਸ ਉਸਦੀ ਹੈ, ਅਕਾਲ ਉਸ ਪੁਰਖ ਦੀ ਦੀ ਹੈ। ਹੈ ਸਤਿਵਚਨ। ਬਿਲਕੁਲ ਅਬ ਜਿਵੇਂ ਕਿ ਵਾਹਿਗੁਰੂ ਜੀ, ਮੈਂ ਜਿੱਥੇ ਬਿਲੋਂਗ ਕਰਦੀ ਸੀ, ਅਗਰ ਮੇਰੀ ਫੈਮਿਲੀ ਨੇ ਮੈਨੂੰ ਪੰਜਾਬੀ ਵੀ ਸਿਖਾਈ ਹੁੰਦੀ ਤੇ ਕੋਈ ਹੋਰ ਭਾਸ਼ਾ ਵੀ ਸਿਖਾਈ ਹੁੰਦੀ, ਜੀ ਤੇ ਅੱਜ ਜਦੋਂ ਮੈਂ ਪੰਜਾਬ ਆਈ ਤਾਂ ਮੈਨੂੰ ਇਤਨੀ ਦਿੱਕਤ ਨਾ ਹੁੰਦੀ, ਹੈ ਨਾ। ਬਿਲਕੁਲ ਬਟ ਬਿਲਕੁਲ, ਚਲੋ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅਬ ਪਿਤਾ ਜੀ ਨੇ ਬਹੁਤ ਵਧੀਆ ਪੰਜਾਬੀ ਹੋ ਗਈ। ਪੜ੍ਹਨਾ ਵੀ ਬੋਲਣਾ ਵੀ ਸਿਖਾਤਾ ਵਾਹਿਗੁਰੂ ਜੀ। ਸਤਿਬਚਨ। ਔਰ ਵਈ ਵਾਲੀ ਗੱਲ ਵਾਹਿਗੁਰੂ ਜੀ, ਬਸ ਇੱਕ ਚੀਜ਼ ਕਿ ਜਿਹੜੀ ਕੱਚੀ ਬਾਣੀ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਆਪਾਂ ਭਾਸ਼ਾਏ ਲਈ ਨਾ ਲੜਦੇ ਆ ਜੀ ਜੀ ਕਿ ਜੀ ਤੂੰ ਇੱਥੇ ਪੈਦਾ ਤਾਂ ਹੋਇਆ ਮਹਾਰਾਜ ਨੇ ਇਹਦਾ ਹੋਇਆ, ਖੰਡਨ ਕੀਤਾ। ਹਾਂ, ਤੂੰ ਤੇਰੇ ਕੋ ਯਹੀ ਬੋਲਣਾ। ਵਾਹਿਗੁਰੂ ਜੀ, ਇਹੀ ਤਾਂ ਗੱਲ ਹੈ, ਆਪਾਂ ਬਾਣੀ ਵਿਚਾਰੀ ਨਹੀਂ, ਐਵੇਂ ਹੀ ਬਸ ਕਲੇਸ਼ ਕਰੀ ਜੰਨੇ ਆ, ਲੜੀ ਜੰਨੇ ਆ। ਹੁਣ ਆਪਾਂ ਅੱਗੇ ਸਤਿਵਚਨ। ਉਹਦੇ ਤੇ ਵਿਚਾਰ ਕਰਦੇ ਹਾਂ। ਵਾਹਿਗੁਰੂ। ਤੁਸੀਂ ਦੇਖੋ
ਵੀ ਜਿਹੜੀ ਚੀਜ਼ਾਂ ਪਿੱਛੇ ਅਸੀਂ ਲੜ ਰਹੇ ਹਾਂ, ਇਸ ਲਈ ਮਹਾਰਾਜ ਨੇ ਤਾਂ ਇਸ ਬੋਲੀ ਭਾਸ਼ਾ ਨੂੰ ਕੱਚੀ ਬਾਣੀ ਕਿਹਾ ਹੈ। ਮਹਾਰਾਜ ਕਹਿੰਦੇ ਜੋ ਤੁਸੀਂ ਬੋਲਦੇ ਹੋ ਆਪਣੀ ਸਹੂਲਤ ਲਈ, ਕਿਸੇ ਦੂਜੀ ਸਟੇਟ 'ਚ ਜਾਂਦੇ ਹੋ ਦੂਜੀ ਬੋਲਦੇ ਹੋ, ਕਿਤੇ ਕੁਛ ਬੋਲਦੇ ਹੋ, ਮਰਾਠੀ ਵਾਲੇ ਮਰਾਠੀ ਬੋਲਦੇ ਨੇ, ਮਹਾਰਾਸ਼ਟਰ 'ਚ ਉੱਧਰ ਸਾਊਥ ਵਾਲੇ ਪਾਸੇ ਆਪਣੀ ਭਾਸ਼ਾ ਹੈ ਨਾ, ਅਤੇ ਮਹਾਰਾਜ ਕਹਿੰਦੇ ਇਹ ਤਾਂ ਕੱਚੀ ਬਾਣੀ ਹੈ, ਇਹ ਤਾਂ ਤੁਸੀਂ ਬਣਾਈ ਹੈ। ਮਹਾਰਾਜ ਕਹਿੰਦੇ ਤਾਂ ਤੁਸੀਂ ਬਣਾਈ ਆਪਣੀ ਸਹੂਲਤਾਂ ਲਈ। ਹੁਣ ਤੁਸੀਂ ਦੇਖੋ ਇਸ ਕੱਚੀ ਬਾਣੀ ਨੇ ਹੀ ਸਾਨੂੰ ਮਾਇਆ ਜਾਲ ਵਿੱਚ ਫਸਾ ਲਿਆ ਅਤੇ ਫਸਾ ਕੇ ਰੱਖਿਆ ਹੋਇਆ, ਅਤੇ ਇਸ ਦੁਆਰਾ ਹੀ ਇਨਸਾਨ ਇਨਸਾਨ ਦੇ ਖਿਲਾਫ ਅਪਮਾਨਜਨਕ ਸ਼ਬਦ ਬੋਲ ਕੇ ਜਾਂ ਉਹਦੀ ਨਿੰਦਿਆ ਕਰਕੇ ਚੁਗਲੀ ਕਰਕੇ ਇਹ ਕੱਚੀ ਬਾਣੀ ਸਾਨੂੰ ਅਗਿਆਨਤਾ ਵਿੱਚ ਧਕੇਲਦੀ ਪਈ ਹੈ। ਇਸ ਕੱਚੀ ਬਾਣੀ ਦੁਆਰਾ ਅਸੀਂ ਇੱਕ ਦੂਸਰੇ ਨਾਲ ਧੋਖਾ, ਹੇਰਾ ਫੇਰੀ, ਜਿਵੇਂ ਕਹਿ ਲਓ ਚੁਗਲੀ ਕਰ ਦਿੰਦੇ ਹਾਂ, ਕਰਦੇ ਹਾਂ ਨਾ, ਦੇਖਦੇ ਹਾਂ ਨਾ, ਅਤੇ ਸਾਨੂੰ ਨਰਕਾਂ ਦਾ ਭਾਗੀ ਬਣਾਉਂਦੀ ਹੈ ਵਾਹਿਗੁਰੂ ਜੀ। ਫਿਰ ਜਿਸ ਦੇ ਸੰਬੰਧ ਵਿੱਚ ਗੁਰਬਾਣੀ ਦਾ ਫੁਰਮਾਨ ਹੈ, ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ। ਵਾਹਿਗੁਰੂ, ਮਹਾਰਾਜ ਨੇ ਤਾਂ ਦੱਸਤਾ ਵੀ ਜਿਹੜੀ ਇਹ ਕੱਚੀ ਬਾਣੀ ਹੈ, ਜਿਹੜੀ ਬੋਲ ਕੇ ਤੁਸੀਂ ਨਿੰਦਿਆ ਕਰਦੇ ਹੋ, ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ ਜਾਂ ਕਿਸੇ ਨੂੰ ਮਾੜੇ ਸ਼ਬਦ ਬੋਲਦੇ ਹੋ, ਉਹ ਤਾਂ ਫਿਰ ਤੁਹਾਨੂੰ ਨਰਕਾਂ ਵੱਲ ਹੀ ਲੈ ਕੇ ਜਾਓ। ਜਿਵੇਂ ਕਿ ਵਾਹਿਗੁਰੂ ਜੀ ਜਦੋਂ ਸਟਾਰਟਿੰਗ 'ਚ ਕਿੰਨੇ ਕਮੈਂਟ ਕਰ ਦਿੰਦੇ ਸੀ ਜਦੋਂ ਮੈਂ ਹਿੰਦੀ 'ਚ ਗੱਲ ਕਰਦੀ ਸੀ ਕਿ ਹੈ ਨਾ ਪੰਜਾਬੀ ਬੋਲ, ਪੰਜਾਬੀ ਬੋਲ, ਹੈ ਨਾ, ਅਤੇ ਮੈਂ ਉਹਨਾਂ ਨੂੰ ਵਾਹਿਗੁਰੂ ਜੀ ਅੱਜ ਵੀ ਆਪ ਸਭ ਨੂੰ ਵਾਹਿਗੁਰੂ ਜੀ ਇੱਕ ਚੀਜ਼ ਪੁੱਛਦੀ ਹਾਂ, ਠੀਕ ਹੈ, ਚਲੋ ਹੁਣ ਤੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੰਜਾਬੀ ਕਿਆ ਬਹੁਤ ਕੁਛ ਸਿਖਾਤਾ ਗੁਰੂ ਸਾਹਿਬ ਜੀ ਨੇ, ਤਾਂ ਬਹੁਤ ਕੁਛ ਦਿਖਾ ਵੀ ਦਿੱਤਾ ਵਾਹਿਗੁਰੂ ਜੀ, ਅਤੇ ਮੈਨੂੰ ਇੱਕ ਚੀਜ਼ ਦੱਸ ਦਿਉ ਬਸ, ਜਿੱਥੇ ਆਪਾਂ ਜਾਣਾ ਹੈ ਨਾ ਸੱਚਖੰਡ, ਸਾਡਾ ਆਪਣਾ ਅਸਲੀ ਘਰ, ਉਸ ਘਰ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਆਪਾਂ ਅੱਗੇ ਉਹਦੇ ਤੇ ਵਿਚਾਰ ਕਰਨਾ। ਠੀਕ ਹੈ ਵਾਹਿਗੁਰੂ ਜੀ, ਆਪਾਂ ਅੱਗੇ ਉਹਦੇ ਤੇ ਵਿਚਾਰ ਕਰਦੇ ਹਾਂ। ਹੁਣ ਐਸੇ ਕੱਚੀ ਬਾਣੀ ਕਾਰਨ ਨਾ ਵਾਹਿਗੁਰੂ ਜੀ ਪਰਿਵਾਰਕ ਝਗੜੇ, ਸਮਾਜਿਕ ਝਗੜੇ, ਧਾਰਮਿਕ ਝਗੜੇ ਉਤਪੰਨ ਹੁੰਦੇ ਹਨ, ਸੱਤ ਬਚਨ, ਜੋ ਅਖੀਰ ਦੇ ਵਿੱਚ ਪਰਲੋ ਦਾ ਰੂਪ ਧਾਰਨ ਕਰਦੇ ਹਨ। ਵਾਹਿਗੁਰੂ, ਇਸ ਈਰਖਾ ਦਵੈਤ ਅਤੇ ਇਹਨਾਂ ਸੰਸਾਰਿਕ ਝਗੜਿਆਂ ਤੋਂ ਬਚਣ ਲਈ ਸਾਨੂੰ ਕੱਚੀ ਬਾਣੀ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਪਏਗਾ। ਸੱਤ ਬਚਨ, ਜਨਮ ਸਮੇਂ ਹਰ ਇੱਕ ਜੀਵ ਦੀ ਸੱਚੇ ਸ਼ਬਦ ਨਾਲੋਂ ਇੱਕ ਵਾਰੀ ਲਿਵ ਟੁੱਟ ਜਾਂਦੀ ਹੈ, ਜਿਸ ਕਰਕੇ ਸਾਨੂੰ ਸੱਚੀ ਬਾਣੀ ਦਾ ਕੋਈ ਗਿਆਨ ਹੀ ਨਹੀਂ ਰਹਿੰਦਾ, ਸਾਨੂੰ ਪਤਾ ਹੀ ਨਹੀਂ ਕਿ ਸੱਚੀ ਬਾਣੀ ਕਿਹੜੀ ਹੈ। ਸਮੇਂ ਸਮੇਂ ਸਿਰ ਵਾਹਿਗੁਰੂ ਜੀ ਅਕਾਲ ਪੁਰਖ ਅਵਤਾਰ ਮਹਾਂਪੁਰਸ਼ ਪੈਗੰਬਰ ਸਾਨੂੰ ਸੱਚ ਨਾਲ ਜੋੜਨ ਲਈ ਸੰਸਾਰ ਵਿੱਚ ਆਉਂਦੇ ਹਨ। ਵਾਹਿਗੁਰੂ, ਉਹ ਇਸ ਕੱਚੀ ਬਾਣੀ ਵਿੱਚੋਂ ਜਿਸ ਨੂੰ ਅਸੀਂ ਸਮਝ ਸਕਦੇ ਹਾਂ, ਇੱਕ ਸ਼ਬਦ ਦੇ ਕੇ ਸਾਨੂੰ ਅੰਤਰਗਤ ਸੱਚੇ ਸ਼ਬਦ ਵਿੱਚ ਸਮਾਉਣ ਦੀ ਵਿਧੀ ਯੁਗਤੀ ਦੱਸਦੇ ਹਨ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਕੀ ਸਮਝ ਆਏਗਾ, ਉਸੇ ਭਾਸ਼ਾ ਦੇ ਦਰਮਿਆਨ ਰਹਿ ਕੇ ਉਹ ਸਾਨੂੰ ਇੱਕ ਸ਼ਬਦ ਦਿੰਦੇ ਹਨ, ਜਿਹਦੀ ਅਸੀਂ ਵਾਹਿਗੁਰੂ ਜੀ ਅੰਤਰ ਧਿਆਨ ਹੋ ਕੇ ਜੁੜ ਕੇ ਉਸ ਸ਼ਬਦ ਨੂੰ ਉਚਾਰਨ ਕਰਕੇ ਮੰਤਰ ਨੂੰ, ਜਿਵੇਂ ਵਾਹਿਗੁਰੂ ਮੰਤਰ ਹੈ, ਮਹਾਰਾਜ ਨੇ ਬਖਸ਼ਿਆ, ਹੁਣ ਆਪਾਂ ਨੂੰ ਉਚਾਰਨ ਕਰਨਾ ਪੈਂਦਾ, ਅਤੇ ਜਦੋਂ ਅਸੀਂ ਉਚਾਰਨ ਕਰਦੇ ਉਹਦਾ ਜਾਪ ਕਰਦੇ ਹਾਂ ਤਾਂ ਹੀ ਸਾਡੇ ਅੰਦਰੋਂ ਖੇਡ ਬਣਦੀ ਹੈ। ਤਾਂ ਵਾਹਿਗੁਰੂ ਜੀ ਉਹ ਜੁਗਤੀ, ਉਹ ਵਿਧੀ ਦੱਸ ਕੇ ਜਿਸ ਵਿਧੀ ਦੁਆਰਾ ਅਸੀਂ ਸ਼ਬਦ ਦਾ ਅਭਿਆਸ ਕਰਦੇ ਹੋਏ ਸੱਚੇ ਸ਼ਬਦ ਵਿੱਚ ਸਮਾਉਂਦੇ ਹਾਂ, ਅਤੇ ਅਸੀਂ ਉਸ ਵਕਤ ਜਿਹੜੀ ਸਾਡੀ ਟੁੱਟੀ ਹੋਈ ਲਿਵ ਸੱਚ ਨਾਲ ਜੁੜ ਸਕਦੀ ਹੈ। ਹੁਣ ਮਨ ਨੂੰ ਆਪਣੇ ਅਸਲੀ ਸਰੂਪ ਦਾ ਪਤਾ ਲੱਗ ਜਾਏਗਾ ਜੇ ਨਾਮ ਜਪਾਂਗੇ, ਉਸ ਮੰਤਰ ਨੂੰ ਦ੍ਰਿੜ ਕਰਕੇ ਉਹ ਆਪਣੇ ਸਰੀਰ ਵਿੱਚ ਹੀ ਆਪਣੇ ਨਿੱਜ ਘਰ ਦਸਵੇਂ ਦੁਆਰ ਬੈਠ ਜਾਂਦਾ ਹੈ, ਜਿਸ ਨੂੰ ਚੌਥਾ ਪਦ ਵੀ ਆਖਦੇ ਹਨ। ਇਸ ਘਰ ਵਿੱਚ ਮਨ ਤ੍ਰੈਗੁਣਾ ਸੰਸਾਰੀ ਮਾਇਆ ਤੋਂ ਉੱਪਰ ਉੱਠ ਚੁੱਕਾ ਹੁੰਦਾ ਹੈ, ਜਿਸ ਕਰਕੇ ਇਹ ਸ਼ਾਂਤੀ ਦਾ ਅਨੁਭਵ ਕਰਦਾ ਹੈ। ਸ਼ਾਂਤ
ਸਹਿਜ ਉਹਦਾ ਅਨੁਭਵ ਕਰਦਾ ਹੈ, ਕਹਿੰਦਾ ਬੜਾ ਆਨੰਦ ਬਣ ਗਿਆ ਕਿਉਂਕਿ ਫੁਰਨਿਆਂ ਤੋਂ ਰਹਿਤ ਹੋ ਗਿਆ, ਇਹ ਭਾਸ਼ਾਵਾਂ ਦੀ ਲੜਾਈਆਂ, ਧਾਰਮਿਕ ਝਗੜੇ, ਸੰਸਾਰਿਕ ਝਗੜੇ, ਸਮਾਜਿਕ ਘਰ ਦੇ ਝਗੜਿਆਂ ਤੋਂ ਰਹਿਤ ਹੋ ਗਿਆ। ਉਹ ਕਹਿੰਦੇ ਤਾਂ ਆਨੰਦ ਆ ਗਿਆ, ਆਨੰਦ ਤਾਂ ਫੀਲ ਹੋਣਾ ਕਿਉਂਕਿ ਦਸਮ ਦੁਆਰ ਦੇ ਵਿੱਚ ਖੇਡ ਹੈ ਜਿਹੜੀ ਉਹ ਆਨੰਦ ਹੀ ਹੈ। ਹੁਣ ਵਾਹਿਗੁਰੂ ਜੀ, ਉਸ ਵਕਤ ਜੋ ਇਸ ਨੂੰ ਮਾਲਕ ਪਰਮਾਤਮਾ ਵੱਲੋਂ ਆਕਾਸ਼ ਬਾਣੀ ਹੁੰਦੀ ਹੈ ਦਸਮ ਦੁਆਰ 'ਚੋਂ, ਉਹ ਆਕਾਸ਼ ਬਾਣੀ ਨੂੰ ਆਪਣੀ ਦੁਨਿਆਵੀ ਭਾਸ਼ਾ ਵਿੱਚ ਸਮਝਦਾ ਹੈ ਅਤੇ ਸਾਡੇ ਵਿੱਚ ਜਿਵੇਂ ਮੰਨ ਕੇ ਚੱਲੋ ਕੋਈ ਗੁਰਮੁਖ ਹੈ, ਸੰਗਤ ਹੈ, ਉਹਦੇ ਵਿੱਚ ਵਿਚਾਰ ਕਰਦਾ ਹੈ, ਉਸ ਸੱਚੀ ਬਾਣੀ ਨੂੰ ਸੁਣ ਕੇ ਇੱਧਰ ਦੀ ਭਾਸ਼ਾ ਵਿੱਚ ਉਹਨੂੰ ਟਰਾਂਸਲੇਟ ਕਰਕੇ ਹੈ, ਉਹ ਹੋਈ ਆਕਾਸ਼ ਬਾਣੀ, ਉਹ ਹੋਈ ਸੱਚ ਦੀ ਬਾਣੀ, ਸੱਚੀ ਬਾਣੀ। ਅਤੇ ਵਾਹਿਗੁਰੂ ਜੀ ਇੱਥੇ ਅਸੀਂ ਉਸ ਨੂੰ ਫਿਰ ਟਰਾਂਸਲੇਟ ਕਰਦੇ ਹਾਂ ਕਿਉਂਕਿ ਇੱਥੇ ਤਾਂ ਫਿਰ ਉਹੀ ਵਰਡ ਸਮਝ ਆਉਣੀ ਸਾਨੂੰ ਆਪਸ ਦੇ ਵਿੱਚ। ਵਾਹਿਗੁਰੂ ਜੀ ਫਿਰ ਜਿਹੜਾ ਗੁਰਮੁਖ ਉਹ ਆਕਾਸ਼ ਬਾਣੀ ਨੂੰ ਸੁਣਦਾ ਹੈ ਉਹ ਬਾਕੀ ਗੁਰਮੁਖਾਂ ਨੂੰ ਉਸ ਉਹਦੇ ਵਿੱਚ ਉਸਤਤ ਕਰਕੇ ਦੱਸਦਾ ਹੈ ਅਤੇ ਉਹਨਾਂ ਦੇ ਮਨਾਂ ਨੂੰ ਵੀ ਸ਼ਾਂਤੀ ਮਿਲਦੀ ਹੈ ਜਿਹੜੇ ਸੁਣਦੇ ਹਨ। ਇਸ ਤਰ੍ਹਾਂ ਅਕਾਲ ਪੁਰਖ ਦੇ ਮੁੱਖ ਦੀ ਆਵਾਜ਼ ਨੂੰ ਸੱਚੀ ਬਾਣੀ ਕਹਿੰਦੇ ਹਨ। ਜੋ ਉਸ ਦੇ ਮੂੰਹ ਆਵਾਜ਼ ਨਿਕਲਦੀ ਹੈ ਨਾ, ਜੋ ਉਹ ਬੋਲਦਾ ਉਹ ਸੱਚੀ ਬਾਣੀ ਹੈ। ਵਾਹਿਗੁਰੂ ਜੀ ਉਹ ਆਵਾਜ਼ ਕੀ ਹੈ? ਮਹਾਰਾਜ ਨੇ ਕਹਿਤਾ, ਗੁਰਬਾਣੀ ਵਿੱਚ ਕਹਿੰਦੇ ਸੁਣ ਗਲਾ ਆਕਾਸ ਕੀ, ਤੇ ਫਿਰ ਮਹਾਰਾਜ ਨੇ ਕਹਿਤਾ ਜੈਸੀ ਮੈਂ ਆਵੇ ਖਸਮ ਕੀ ਬਾਣੀ। ਵਾਹਿਗੁਰੂ ਜੀ ਉਹ ਕੀ ਹੈ? ਅਨਹਦ ਨਾਦ ਪ੍ਰਗਟ ਕਰਦੇ ਨੇ ਮਹਾਰਾਜ, ਦਸਮ ਦੁਆਰ ਦਾ ਸ਼ਬਦ ਪ੍ਰਗਟ ਕਰਦੇ ਨੇ ਮਹਾਰਾਜ। ਉਹਦੀ ਜਿਹੜੀ ਆਵਾਜ਼ ਹੈ ਉਹਨੂੰ ਤੁਸੀਂ ਲਿਖ ਕੇ ਬੋਲ ਕੇ ਕਿਸੇ ਤਰੀਕੇ ਵੀ ਨਹੀਂ ਦੱਸ ਸਕਦੇ, ਨਹੀਂ ਸਮਝਾ ਸਕਦੇ। ਵਹੀ ਵਾਲੀ ਗੱਲ ਆ ਗਈ ਵਾਹਿਗੁਰੂ ਜੀ, ਜਿਹੜੇ ਸਾਡੇ ਘਰ ਦੀ ਬਾਣੀ ਹੈ ਨਾ ਵਾਹਿਗੁਰੂ ਜੀ, ਉਹ ਸਾਊਂਡ ਹੈ, ਉਹ ਅਨਹਦ ਨਾਦ ਨੇ। ਉਹ ਨਾ ਪੰਜਾਬੀ ਵਿੱਚ ਆਉਂਦੇ ਨੇ, ਨਾ ਹਿੰਦੀ ਵਿੱਚ ਆਉਂਦੇ, ਨਾ ਇੰਗਲਿਸ਼ ਵਿੱਚ, ਜਿਹੜੀ ਵੀ ਕਾਲ ਦੇ ਸ਼ਹਿਰ ਵਿੱਚ ਜਿਤਨੀ ਵੀ ਭਾਸ਼ਾਏ ਹੈ ਨਾ ਵਾਹਿਗੁਰੂ ਜੀ, ਉਹ ਉਸ ਵਿੱਚ ਨਹੀਂ ਆਉਂਦੇ। ਤਾਂ ਤੁਸੀਂ ਵਾਹਿਗੁਰੂ ਜੀ ਕਾਲ ਦੇ ਸ਼ਹਿਰ ਵਿੱਚ ਪਾਂਚ ਦੂਤੋਂ ਦੇ ਵਸ ਆ ਕੇ ਤੁਸੀਂ ਆਪਣੇ ਇਸੀ ਭਾਸ਼ਾਵਾਂ ਵਿੱਚ ਲੜਦੇ ਰਹਿੰਦੇ ਹੋ। ਉਹ ਕਹਿੰਦੇ ਸਿਰਫ ਹਿੰਦੀ ਹਿੰਦੀ, ਉਹ ਵੀ ਪਾਗਲ, ਤੁਸੀਂ ਕਹਿੰਦੇ ਪੰਜਾਬੀ ਪੰਜਾਬੀ। ਵਾਹਿਗੁਰੂ ਜੀ ਵਹੀ ਵਾਲੀ ਗੱਲ ਆ ਗਈ ਕਿ ਹਾਂ, ਜਹਾਂ ਕੋਈ ਤੱਕਾ ਕਰ ਰਿਹਾ ਵਹਾਂ ਤੋ ਸਟੈਂਡ ਲੈਣਾ ਪਊਗਾ, ਹੈ ਨਾ? ਠੀਕ ਹੈ, ਉਹ ਤਾਂ ਸਾਡਾ ਹੱਕ ਹੈਗਾ। ਜਿਵੇਂ ਸਰਕਾਰ ਕਵੇ ਵੀ ਪੰਜਾਬੀ ਖਤਮ ਕਰ ਦੇਣੀ, ਉਹ ਤਾਂ ਹੋ ਹੀ ਨਹੀਂ ਸਕਦੀ, ਉਹ ਤਾਂ ਹੋ ਹੀ ਨਹੀਂ ਸਕਦੀ, ਉਹਦੇ ਹੁਕਮ ਚ ਕਿਵੇਂ ਖਤਮ ਹੋ ਜਾਏਗੀ? ਉਸਕੀ ਵਾਹਿਗੁਰੂ ਜੀ ਉਸ ਅਕਾਲ ਪੁਰਖ ਜੀ ਦੇ ਖੇਲ ਵਿੱਚ ਸਿਰਫ ਅਕਾਲ ਪੁਰਖ ਜੀ ਹੀ ਕੋਈ ਚੀਜ਼ ਅਗਰ ਖਤਮ ਕਰ ਸਕਦੇ, ਸੋ ਸਿਰਫ ਵਹੀ ਖਤਮ ਕਰ ਸਕਦੇ। ਇਨਸਾਨ ਦੇ ਵਸ ਦੀ ਗੱਲ ਨਹੀਂ ਹੈਗੀ, ਇਨਸਾਨ ਕਿਆ ਵਾਹਿਗੁਰੂ ਜੀ, ਕਾਲ ਕਿਆ ਮਾਇਆ ਕੇ ਵਸ ਵੀ ਨਹੀਂ ਹੈਗੀ, ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਉਸ ਅਕਾਲ ਪੁਰਖ ਦੇ ਵਸ, ਅਕਾਲ ਪੁਰਖ ਜੀ ਦੇ ਵਸ ਹੈਗੇ ਆ। ਤੋ ਆਪਾਂ ਕਿਸੇ ਨੂੰ ਹਰਟ ਕਰਨ ਲਈ ਆਪਣੇ, ਤਾਂ ਹੀ ਗੁਰੂ ਸਾਹਿਬ ਜੀ ਕਹਿੰਦਾ, ਉਹ ਜਿਤਨੇ ਵੀ ਗੁਰਮੁਖ ਆਏ ਸੀ, ਯਹਾਂ ਤੱਕ ਕਿ ਸੰਤ ਗਿਆਨੀ ਮਸਕੀਨ ਜੀ ਨੇ ਵੀ ਇਹ ਚੀਜ਼ ਸਮਝਾਈ ਹੈ, ਆਪਣੇ ਮੁੱਖ ਤੋਂ ਐਸੇ ਲਫ਼ਜ਼ ਮਤ ਨਿਕਾਲੋ ਕਿ ਸਾਹਮਣੇ ਵਾਲਾ ਹਰਟ ਹੋ ਕੇ ਉਹ ਕਰਮ ਤੁਹਾਡਾ ਹੀ ਬਣ ਜਾਂਦਾ, ਉਹ ਵਾਹਿਗੁਰੂ ਜੀ ਤੁਹਾਡਾ ਕਰਮ ਨਹੀਂ ਛੱਡਦਾ। ਕਿਸੇ ਨੂੰ ਹਰਟ ਕਰਨ ਲਈ ਜਾਂ ਜਾਮ ਮੁੱਝ ਕੇ, ਹੈ ਨਾ ਵਾਹਿਗੁਰੂ, ਇੱਕ ਹੋ ਗਿਆ ਜਾਮ ਮੁੱਝ ਕੇ, ਉਹ ਚੀਜ਼ਾਂ ਨਹੀਂ ਕਰਨੀ ਵਾਹਿਗੁਰੂ ਜੀ, ਉਹ ਹੋ ਗਈ ਕੱਚੀ ਬਾਣੀ। ਵਾਹਿਗੁਰੂ ਜੀ ਹੁਣ ਤੁਸੀਂ ਦੇਖੋ, ਸੱਚੇ ਸ਼ਬਦ ਵਿੱਚ ਸਮਾਉਣ ਕਰਕੇ ਸਾਡੇ ਅੰਦਰੋਂ ਗਿਆਨਤਾ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਂਦਾ। ਬਾਣੀ ਵਿਚਾਰਨੀ ਨਹੀਂ, ਨਾਮ ਦੀ ਬੰਦਗੀ ਕਰਨੀ ਨਹੀਂ, ਸੰਸਾਰਿਕ ਤੌਰ 'ਤੇ ਲੜੀ ਜਾਣਾ, ਉਹ ਮੂਰਖਤਾ। ਮੂਰਖਤਾ ਮਹਾਰਾਜ ਤਾਂ ਕਹਿ ਰਹੇ ਨੇ, ਮਹਾਰਾਜ ਦਾ ਹੁਕਮ ਹੀ ਨਹੀਂ ਜਦੋਂ ਅਸੀਂ ਮੰਨਣਾ ਤਾਂ ਫਿਰ ਅਸੀਂ ਮਹਾਰਾਜ ਦੇ ਰਾਹ 'ਤੇ ਕਿਵੇਂ ਚੱਲ ਸਕਦੇ ਹਾਂ? ਜਦੋਂ ਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਅਤੇ ਗਿਆਨ ਦਾ ਪ੍ਰਕਾਸ਼ ਹੋਣ ਕਰਕੇ ਸਾਡੇ ਅੰਦਰ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਬਜਾਏ ਪਿਆਰ ਉਪਜਣ ਲੱਗ ਪੈਂਦਾ ਹੈ। ਸਾਨੂੰ ਹਰ ਇੱਕ ਇਨਸਾਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਉੱਪਰ ਚੱਲਦੇ ਹੋਏ ਸੱਚ ਵਿੱਚ ਸਮਾ ਜਾਣਾ ਚਾਹੀਦਾ ਹੈ, ਤਾਂ ਕਿ ਅਸੀਂ ਵੀ ਸੱਚੀ ਬਾਣੀ ਨੂੰ ਸੁਣ ਸਕੀਏ। ਸੱਚੀ ਬਾਣੀ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਜੋ ਅਕਾਲ ਪੁਰਖ ਨੇ ਸੱਚਖੰਡ 'ਚੋਂ ਪ੍ਰਗਟ ਕੀਤੀ, ਉਹ ਹੈ ਸੱਚੀ ਬਾਣੀ। ਜੋ ਉਹ ਅਕਾਲ ਪੁਰਖ ਉਚਾਰ ਰਿਹਾ ਹੈ, ਉਹ ਹੈ ਸੱਚੀ ਬਾਣੀ। ਹੁਣ ਉਹਨੂੰ ਟਰਾਂਸਲੇਟ ਕਰਕੇ ਆਪ ਜੀ ਨੂੰ ਦੱਸਣਾ
ਸਾਰਿਆਂ ਨੂੰ ਦੱਸਣਾ ਉਹ ਮਹਾਰਾਜ ਦਾ ਜਿਵੇਂ ਖੇਡ ਸੀ ਵੀ ਮਹਾਰਾਜ ਕਹਿੰਦੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ 'ਚ ਸਮਝਾਵਾਂਗੇ ਨਾ। ਹੁਣ ਸਾਨੂੰ ਤਾਂ ਉਹ ਤਾਂ ਹੀ ਸਮਝ ਆਉਂਦੀ ਸੀ ਜਦੋਂ ਅੱਜ ਵੀ ਅਸੀਂ ਵਿਚਾਰਦੇ ਹਾਂ ਜੇ ਵੀ ਨਹੀਂ ਸਾਨੂੰ ਸਮਝ ਆਉਂਦੀ। ਵਾਹਿਗੁਰੂ ਜੀ ਜਿਵੇਂ ਪੰਜਾਬ ਵਿੱਚ ਰਹੇ ਗੁਰੂ ਨਾਨਕ ਸਾਹਿਬ ਜੀ ਜਿੰਨੇ ਵੀ ਗੁਰੂ ਸਨ ਉਹ ਪੰਜਾਬੀ ਵਿੱਚ ਉਹਨਾਂ ਨੇ ਦੱਸਿਆ ਕਿਉਂਕਿ ਯਹਾਂ ਪਰ ਪੰਜਾਬੀ ਬੋਲੀ ਜਾ ਰਹੀ ਸੀ। ਅਬ ਯਹੀ ਚਾਈਨਾ ਗਏ ਸੀ ਹੈ ਨਾ ਸਾਡੇ ਗੁਰੂ ਸਾਹਿਬ ਸਾਡੇ ਪਿਤਾ ਜੀ ਚਾਈਨਾ ਗਏ ਆਪਾਂ ਪੰਜਾਬੀ ਤੋਂ ਨਹੀਂ ਬੋਲੇਂਗੇ ਵਹਾਂ ਚਾਈਨੀਜ਼ ਬੋਲੀ ਉਹਨਾਂ ਨੇ। ਰਸ਼ੀਆ ਗਏ ਵਹਾਂ ਰਸ਼ੀਅਨ ਬੋਲੀ ਵਾਹਿਗੁਰੂ ਜੀ। ਆਪਾਂ ਪੰਜਾਬੀ ਹਿੰਦੀ ਤੋਂ ਨਹੀਂ ਬੋਲੇਂਗੇ ਉਹਨਾਂ ਦੀ ਹਾਂ ਉਹਨਾਂ ਦੀ ਆਪਣੀ ਲੈਂਗੁਏਜ ਬੋਲੀ ਵਾਹਿਗੁਰੂ ਜੀ ਸਾਡੇ ਪਿਤਾ ਜੀ ਨੇ ਅਤੇ ਉਹਨਾਂ ਨੇ ਤਾਂ ਇਸ ਚੀਜ਼ ਨੂੰ ਖਤਮ ਕੀਤਾ। ਆਪਾਂ ਕੀ ਕਰ ਰਹੇ ਆਪਾਂ ਫਿਰ ਉਹ ਵਾਲੀ ਗਲਤੀਆਂ ਕਰ ਰਹੇ ਹਾਂ। ਵਹੀ ਤਾਂ ਹੀ ਕਹਿੰਦੇ ਨੇ ਕਿ ਆਪਣੇ ਗੁਰੂ ਸਾਹਿਬ ਜੀ ਦੀ ਜ਼ਿੰਦਗੀ ਤੋਂ ਪੜ੍ਹੋ ਦੇਖੋ ਤਾਂ ਸਹੀ ਵਾਹਿਗੁਰੂ ਜੀ ਇਸ ਚੀਜ਼ ਨੂੰ ਸਮਝ ਲੈਂਦਾ ਉਹ ਤਾਂ ਹੋ ਜਾਂਦਾ ਸੁਖੀ ਕਿਉਂਕਿ ਉਹ ਪਤਾ ਉਹਦੇ ਹੁਕਮ ਦੇ ਵਿੱਚ ਹੈ ਸਭ ਕੁਝ। ਠੀਕ ਹੈ ਤੇ ਜਿਹੜਾ ਇਹਨਾਂ ਚੀਜ਼ਾਂ ਲਈ ਲੜਦਾ ਉਹ ਕਿਸੇ ਦਾ ਕੁਝ ਨਹੀਂ ਜਾਣ ਕਰਮ ਆਪਣਾ ਅਸੀਂ ਬਣਾਉਂਦੇ ਹਾਂ ਆਪਣਾ ਕਰਮ ਬਣਾ ਕੇ ਮੁੜ ਕੇ ਅਸੀਂ ਹੀ ਪਛਤਾਉਣਾ ਤੇ ਫਿਰ ਅਸੀਂ ਕਹਿਣਾ ਜੀ ਸਾਡੇ ਨਾਲ ਇੰਝ ਹੋ ਰਿਹਾ ਉਂਝ ਹੋ ਰਿਹਾ। ਆਪਾਂ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ ਤੇ ਜੇ ਜਾ ਕੇ ਦੇਖਾਂਗੇ ਤੇ ਫਿਰ ਸਾਨੂੰ ਬੜੀ ਔਖ ਆਏਗੀ। ਬਸ ਮਹਾਰਾਜ ਨੇ ਕਹਿਤਾ ਕਿ ਸੱਚੀ ਬਾਣੀ ਕਿਹੜੀ ਹੁਣ ਉਹਨੂੰ ਯਾਦ ਰੱਖੋ ਕਿ ਨਾਮ ਜਪ ਕੇ ਦਸਮ ਦੁਆਰ 'ਚੋਂ ਪ੍ਰਗਟ ਹੋ ਰਿਹਾ ਸ਼ਬਦ ਉਹਨੂੰ ਸੁਣੋ ਅਕਾਲ ਪੁਰਖ ਦੀ ਆਵਾਜ਼ ਨੂੰ ਸੁਣੋ ਉਹ ਹੈ ਸੱਚੀ ਬਾਣੀ। ਦਸਮ ਦੁਆਰ ਦਾ ਸ਼ਬਦ ਪ੍ਰਗਟ ਹੋ ਜਾਏਗਾ ਅਨਹਦ ਨਾਦ ਪ੍ਰਗਟ ਹੋ ਜਾਣਗੇ ਉਹ ਹੈ ਸੱਚੀ ਬਾਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰੋ ਉਹ ਹੈ ਸੱਚੀ ਬਾਣੀ। ਠੀਕ ਹੈ ਵਾਹਿਗੁਰੂ ਜੀ ਆਪਣੀ ਮਤ ਨੂੰ ਪਿੱਛੇ ਰੱਖੀਏ ਗੁਰੂ ਦੀ ਮਤ ਨੂੰ ਅੱਗੇ ਰੱਖੀਏ ਇਹ ਵਿਚਾਰ ਆਪ ਜੀ ਨਾਲ ਕਰਨਾ ਸੀ ਗੁਰਮੁਖ ਪਿਆਰਿਓ। ਵਾਹਿਗੁਰੂ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੀ ਭਾਸ਼ਾਵਾਂ ਹੈਗੀਆਂ ਬਿਲਕੁਲ ਉਹਦੇ ਕਿੰਨੀਆਂ ਭਾਸ਼ਾਵਾਂ ਤਾਂ ਉਹ ਸੱਚੀ ਬਾਣੀ ਹੋਈ ਕਿਉਂਕਿ ਇਸ ਵਿੱਚ ਸਾਰੀ ਭਾਸ਼ਾ ਹੈ ਪਿਤਾ ਜੀ ਨੇ ਸਭ ਨੇ ਜਿਸ ਭਾਸ਼ਾ ਵਿੱਚ ਵਾਹਿਗੁਰੂ ਜੀ ਤੁਸੀਂ ਉਹਦੀ ਗੱਲ ਕਰ ਰਹੇ ਹੋ ਉਹ ਸੱਚੀ ਉਹ ਸੱਚੀ ਬਾਣੀ ਯੈਸ ਸਤਿਵਚਨ ਜਿਸ ਵੀ ਭਾਸ਼ਾ 'ਚ ਪੰਜਾਬੀ 'ਚ ਹਿੰਦੀ 'ਚ ਇੰਗਲਿਸ਼ ਉਹਦੀ ਗੱਲ ਕਰ ਰਹੇ ਉਹਦੀ ਉਸਤਤ ਹੋ ਰਹੀ ਹੈ ਨਾ ਉਸकी ਉਸਤਤ ਹੋ ਰਹੀ ਹੈ ਉਹਦੀ ਉਸਤਤ ਹੋ ਰਹੀ ਹੈ ਉਹ ਸੱਚੀ ਬਾਣੀ ਸੱਚੀ ਹੈ ਜਿੱਥੇ ਅਸੀਂ ਇੱਕ ਦੂਜੇ ਨਾਲ ਈਰਖਾ ਚੁਗਲੀ ਕਰ ਰਹੇ ਹਾਂ ਉਹ ਭਾਵੇਂ ਫਿਰ ਕਿਹੜੀ ਵੀ ਭਾਸ਼ਾ ਹੋਵੇ ਉਹ ਫਿਰ ਕੱਚੀ ਬਾਣੀ ਉਹ ਕੱਚੀ ਬਾਣੀ ਤੁਹਾਡਾ ਕਰਮ ਹੈ ਫਿਰ ਪਿਤਾ ਜੀ ਤੋਂ ਕਹਤੇ ਕਿ ਫਿਰ ਤੁਸੀਂ ਨਰਕ ਵਿੱਚ ਹੀ ਜਾਓਗੇ। ਬਿਲਕੁਲ ਮਹਾਰਾਜ ਸਾਨੂੰ ਸਾਫ ਸਪਸ਼ਟ ਦੱਸ ਰਹੇ ਨੇ ਮਹਾਰਾਜ ਕਹਿੰਦੇ ਕਿ ਤੁਸੀਂ ਜਦੋਂ ਉਹਦੀ ਗੱਲ ਕਰੋਗੇ ਨਾ ਤਾਂ ਤੁਹਾਨੂੰ ਉਹ ਜਿਹੜੀ ਬਾਣੀ ਉਹ ਸੱਚੀ ਹੋਏਗੀ ਜਦੋਂ ਤੁਸੀਂ ਉਹਦੇ ਤੋਂ ਪਰੇ ਹੋ ਕੇ ਐਵੇਂ ਮੂਰਖਤਾ ਵਾਲੀਆਂ ਗੱਲਾਂ ਕਰੋਗੇ ਉਹ ਤੁਹਾਡੀ ਕੱਚੀ ਬਾਣੀ ਹੋਏਗੀ ਕਿਉਂਕਿ ਗਾਲਾਂ ਤਾਂ ਅਸੀਂ ਕੱਚੀ ਬਾਣੀ 'ਚ ਕੱਢਾਂਗੇ ਨਾ ਇੱਕ ਦੂਜੇ ਨੂੰ ਵੀ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਾਂ ਕਿ ਕਈ ਵਾਰੀ ਕਿਸੇ 'ਤੇ ਐਵੇਂ ਬੇਫਾਲਤੂ ਹੀ ਅਸੀਂ ਔਖੇ ਹੋਈ ਜਾਂਦੇ ਹਾਂ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਉਹਨੂੰ ਗਾਲਾਂ ਕੱਢੀ ਜਾਂਦੇ ਹਾਂ ਉਹ ਅਸੀਂ ਆਪਣੇ ਕਰਮ ਬਣਾ ਰਹੇ ਬਸ ਆਹ ਵਾਹਿਗੁਰੂ ਜੀ ਇਹਦੇ ਵਿੱਚ ਆਪਾਂ ਨੂੰ ਕੀ ਸਮਝ ਆਉਂਦਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਕਿਰਪਾ ਕਰਨ ਔਰ ਵਾਹਿਗੁਰੂ ਜੀ ਅਗਲੀ ਅਗਲਾ ਪ੍ਰਸ਼ਨ ਆਪ ਜੀ ਅਗਲੀ ਵੀਡੀਓ ਮੇ ਵਾਹਿਗੁਰੂ ਜੀ ਆਪਸੇ ਅਗਲਾ ਪ੍ਰਸ਼ਨ ਪੁੱਛਿਆ ਜਾਏਗਾ ਸੱਚਖੰਡ ਬਾਰੇ ਦੱਸਣਾ ਵਾਹਿਗੁਰੂ ਜੀ ਸਤਿਬਚਨ ਗੁਰੂ ਸਾਹਿਬ ਜੀ ਨੇ ਜਿਵੇਂ ਹੁਕਮ ਕੀਤਾ ਆਪਾਂ ਉਹਦੇ 'ਤੇ ਵਿਚਾਰ ਕਰਾਂਗੇ ਸਤਿਬਚਨ ਵਾਹਿਗੁਰੂ ਜੀ ਠੀਕ ਹੈ ਗੁਰਮੁਖ ਪਿਆਰਿਓ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।